Yeah.
ਦਿਹਾਰੀ ਆ ਤੇ ਉਜਿਆਰੀ ਆ ਇਸ ਦੋ ਲਾਈਨਾਂ ਅੰਦਰ ਦੋ ਵੱਖ ਵੱਖ ਰੂਪ ਦਿੱਤੇ ਨੇ ਇੱਕ ਪਾਸੇ ਅੰਧਿਆਰੀ ਆ ਦੂਜੇ ਪਾਸੇ ਉਜਿਆਰੀ ਆ ਕਲ ਕਾਲਕ ਅੰਧਿਆਰੀ ਆ ਗੁਰ ਗਿਆਨ ਦੀਪਕ ਉਜਿਆਰੀ ਆ ਜੇ ਕਦੀ ਅੰਧਿਆਰੀ ਆ ਤੇ ਉਜਿਆਰੀ ਆ ਦੀ ਵਾਕਫੀਅਤ ਵਿੱਚ ਚਲੇ ਜਾਈਏ ਤੇ ਦੂਜੇ ਲਫਜ਼ਾਂ ਵਿੱਚ ਇਸ ਨੂੰ ਅਸੀਂ ਜੀਵਨ ਤੇ ਮੌਤ ਦੋ ਨਾਮ ਦੇ ਸਕਦੇ ਹਾਂ ਅੰਧਿਆਰੀ ਆ ਕੀ ਹੈ ਜਦੋਂ ਸਾਡੀ ਨਿਗਾਹ ਵਿੱਚ ਕੁਝ ਵੀ ਨਾ ਰਹੇ ਅੰਧੇਰੇ ਦੀ ਕੀ ਨਿਸ਼ਾਨੀ ਕੁਛ ਨਹੀਂ ਦਿਸਦਾ ਦੁਨੀਆਂ ਜਿੰਨੀ ਮਰਜ਼ੀ ਖੂਬਸੂਰਤ ਸਜਾ ਲਓ ਘਰ ਖੂਬਸੂਰਤ ਬਣਾ ਲਓ ਉਹਦੇ ਵਿੱਚ ਡੈਕੋਰੇਸ਼ਨ ਕਰ ਲਓ ਪਰ ਅਚਾਨਕ ਲਾਈਟ ਚਲੀ ਜਾਏ ਸਾਰੀ ਸਜਾਈ ਹੋਈ ਦੁਨੀਆ ਉਹ ਸਾਰੀ ਇਕੱਤਰ ਕੀਤੀ ਹੋਈ ਖੂਬਸੂਰਤੀ ਇੱਕ ਪਲ ਵਿੱਚ ਖਤਮ ਹੋ ਜਾਂਦੀ ਹੁਣ ਸਾਨੂੰ ਕੋਈ ਰੰਗ ਵੀ ਨਹੀਂ ਦਿਸਦਾ ਕੋਈ ਰੂਪ ਵੀ ਨਹੀਂ ਦਿਸਦਾ ਹੁਣ ਦੇਖਣਾ ਇਹ ਹੈ ਕਿ ਉਹ ਵਸਤੂਆਂ ਖਤਮ ਨਹੀਂ ਹੋਈਆਂ ਨਾ ਘਰ ਵਿੱਚ ਵਿਛੇ ਹੋਏ ਕਲੀਨ ਚੁੱਕੇ ਗਏ ਨੇ ਨਾ ਖੂਬਸੂਰਤ ਦੀਵਾਰਾਂ ਖਤਮ ਹੋਈਆਂ ਨੇ ਉਹ ਸਭ ਕੁਝ ਉਵੇਂ ਜਿਉਂ ਦਾ ਤਿਉਂ ਹੈ ਪਰ ਅਸਲ ਵਿੱਚ ਸਾਡੀ ਰੌਸ਼ਨੀ ਖਤਮ ਹੋ ਗਈ ਸਾਡਾ ਚਾਨਣ ਖਤਮ ਹੋ ਗਿਆ ਤੇ ਚਾਨਣ ਕੀ ਹੈ ਦੂਜੇ ਲਫਜ਼ਾਂ ਵਿੱਚ ਰੌਸ਼ਨੀ ਚਾਨਣ ਜੀਵਨ ਹੈ ਜੀਵਨ ਦੀ ਹੋਰ ਕੋਈ ਪਰਿਭਾਸ਼ਾ ਨਹੀਂ ਬਹੁਤ ਦੇਰ ਹੋਈ ਇੱਕ ਲਫ਼ਜ਼ ਆਏ ਸਨ ਬਾਬਾ ਫਰੀਦ ਜੀ ਦੇ ਕਿ ਜਦੋਂ ਮੌਤ ਆਉਂਦੀ ਹੈ ਉਹ ਮਨੁੱਖ ਦਾ ਸਭ ਤੋਂ ਮਨੁੱਖ ਤੇ ਪਹਿਲਾ ਹਮਲਾ ਕੀ ਕਰਦੀ ਹੈ ਦੀਵੇ ਬੁਝਾ ਦਿੰਦੀ ਹੈ ਕਦੀ ਕੁਛ ਕਰਨ ਦੀ ਲੋੜ ਹੀ ਨਹੀਂ ਜਿਸ ਦੁਨੀਆਂ ਵਿੱਚ ਇਹ ਖੇਡ ਰਿਹਾ ਜਿਸ ਸੰਸਾਰ ਨੂੰ ਇਹ ਛੱਡਣਾ ਨਹੀਂ ਚਾਹੁੰਦਾ ਜੋ ਦੁਨੀਆਂ ਇਸ ਨੂੰ ਬਹੁਤ ਚੰਗੀ ਲੱਗਦੀ ਹੈ ਜਿਹਨੂੰ ਇਹਨੇ ਆਪਣੇ ਜੀਵਨ ਦਾ ਨਾਮ ਦੇ ਲਿਆ ਜੇ ਦੀਵਾ ਬੁਝ ਜਾਏ ਅੰਧੇਰਾ ਹੋ ਜਾਏਗਾ ਅੰਧਿਆਰੀਆ ਦੀਵਾ ਬੁਝ ਜਾਏ ਅੰਧੇਰਾ ਹੋ ਜਾਏਗਾ ਤੇ ਅੰਧੇਰੇ ਵਿੱਚ ਜੋ ਕੁਝ ਇਹਨੇ ਸਜਾਇਆ ਜਿੰਨੀ ਖੂਬਸੂਰਤੀ ਵਿੱਚ ਇਹਨੇ ਲਿਪਟੇ ਹੋਇਆ ਉਹ ਸਾਰੀ ਇਸ ਨੂੰ ਦਿਸਣੀ ਬੰਦ ਹੋ ਜਾਏਗੀ ਤੇ ਉਹੋ ਇਹਦੀ ਸਾਂਝ ਹੈ ਉਹ ਕਹਿੰਦਾ ਸੰਸਾਰ ਖਤਮ ਕਰਨ ਦੀ ਲੋੜ ਨਹੀਂ ਆਮ ਬੋਲੀ ਵਿੱਚ ਅਖਾਣ ਬਣਿਆ ਹੋਇਆ ਆਪ ਮੋਏ
जग पर लो कहावत एवं नहीं बनी। वो कहते किस दिन मैं चला गया मेरे पास से सारा संसार चला गया पर लो आ गए। पर लो दारता सी इस में दो कुछ भी ना रहे जग पर संसार अंदर एक कहावत बन गए। वो कहते जिन्नी देर मैं जीऊ ना मेरे लिए संसार एक तमाशा है एक खूबसूरती है चहल पहल है। ते जिस दिन मैं चला गया उस दिन मेरे लिए संसार होवे ना होवे खूबसूरत होवे बदसूरत होवे मेरे चुगिरदे दुख होन सुख होन मेरे वास्ते कोई फर्क नहीं। इसलिए एक ख्याल करियो गुरमत दे खेतर विच अपने अपा दो हफ्ते बाद मनाने भावें एक हफ्ते बाद आ जाए पूर्व विसाखी का विसाखी दे पूर्व नाल एक लफज जुड़िया होया है वो है अमृत। विसाखी दे लफज नाल अमृत शब्द जुड़िया हुआ है ते अमृत दा अखरी अर्थ है मृत्यु तो रहित। अमृत मृत ते मृत्यु तो रहित जिथे मौत ना हुण जिथे मौत नहीं जीवन है इसका मतलब उथे रोशनी है क्योंकि रोशनी गई चान गया अंधेरी अंधेरी आई सब कुछ दिसनो बंद हो गया जेल जा होया जेल जाना पे। इसलिए जे किसी नु जिंदा रखना है तो उन्होंने चानन नाल जोड़ के रखना है लो ऐसे रुकना चाहना गुरु दसम पातशाह जी गुरु गोबिंद सिंह पातशाह जी ने असी कहने सानू अमृत दिता है जे भला जिन्हों चीजा असी अमृत समझ रहे उन्होंने चीजा ही अमृत समझ लीए मन लीए तो फिर अमृत का अर्थ तारत है जिथे मौत ना हो अमृत पीवे अगे लफ्ज तुसी सारे जानते हो अमृत पीवे अमर सो होए एक बूंद गुर अमृत दीनो तां अटल अमर नाम हुआ। एक सवाल खड़ा हो जाएगा अपन विसाखी वाले दिन भी कुछ गल्लां इस संबंधी करनियां ने अज भी मैं चाहता से छो रही जिन्हों असी अमर कर देने वाला जे असी उस ओने लफजां नूं घेरे नूं अमृत समझ लईए तां उस शकल वाले संसार ते हैं अज भाई दया सिंह भी भाई धर्म सिंह भी भाई हिम्मत सिंह मोहम सिंह साहब सिंह श्री करके साए ने जिसनों असी जीवन कहने हैं जिसनों असी अमृत समझी बैठे मैं सिर्फ चाहना कि असी इसकी गहराई में जाइए जे ओहो ही जीवन है तो ओहो ही अमृत है। जीवन असी अपने हुंद नाल मिला के रखने असी जीवने गुरु ने अमृत दे के अमर कर दिता तो पूछना पड़ेगा वो केड़ा अमर किया वो केड़ा अमर दिता इस दा मुकाबला दूर होने नाल साडा सारा भेत खुल जाता है क्योंकि जिन्हों असी अमृत समझे आ अमृत तो भाई दया सिंह मिले
ਭਾਈ ਧਰਮ ਸਿੰਘ ਨੂੰ ਮਿਲਿਆ ਜਿਹਨੂੰ ਅਸੀਂ ਜੀਵਨ ਸਮਝਿਆ ਉਹ ਤਾਂ ਭਾਈ ਦਇਆ ਸਿੰਘ ਕੋਲ ਹੈ ਸੀ ਚਲਾ ਗਿਆ ਉਹ ਜੀਵਨ ਤਾਂ ਭਾਈ ਹਿੰਮਤ ਸਿੰਘ ਕੋਲ ਹੈ ਸੀ ਧਰਮ ਸਿੰਘ ਕੋਲ ਹੈ ਸੀ ਚਲਾ ਗਿਆ ਤਾਂ ਫਿਰ ਗੁਰੂ ਦਸਮ ਪਿਤਾ ਜੀ ਨੇ ਕਿਹੜਾ ਅੰਮ੍ਰਿਤ ਚੋਰੀ ਪਾਇਆ ਗੱਲ ਤੇ ਗਲਤ ਬਿਲਕੁਲ ਨਹੀਂ ਅੰਮ੍ਰਿਤ ਦੀ ਦਾਤ ਚੋਰੀ ਪਾਈ ਅਮਰ ਵੀ ਕਰ ਦਿੱਤਾ ਗੁਰੂ ਦਾ ਕਿਹਾ ਕਰਤਾ ਵੀ ਗਲਤ ਨਹੀਂ ਹੋ ਸਕਦਾ ਸਾਡੀ ਸਮਝਣ ਦੀ ਬਿਰਤੀ ਵਿੱਚ ਕਮਜ਼ੋਰੀ ਹੋ ਸਕਦੀ ਹੈ ਗੁਰੂ ਨੇ ਆਖਿਆ ਮੈਂ ਅੰਮ੍ਰਿਤ ਦੇਣਾ ਤੇ ਉਹਦੇ ਨਾਲ ਅਮਰ ਕਰ ਦੇਣਾ ਹੁਣ ਪੁੱਛੋ ਜੀ ਕਿਹੜਾ ਅੰਮ੍ਰਿਤ ਦਿਨ ਦਿਨ ਹੈ ਲੋ ਇਹਦਾ ਜਵਾਬ ਅੱਜ ਦੇ ਸ਼ਬਦ ਵਿੱਚ ਹੈ ਕਹਿੰਦੇ ਨੇ ਚਾਨਣ ਨਾਲੋਂ ਟੁੱਟਣਾ ਹੀ ਮੌਤ ਹੈ ਇੱਕ ਲਫ਼ਜ਼ ਆਇਆ ਸਨ ਬਾਬਾ ਫਰੀਦ ਦੇ ਕਿ ਜਦੋਂ ਬਾਬਾ ਫਰੀਦ ਕਹਿੰਦੇ ਮਰਨ ਵਾਲੇ ਪੁੱਜਦੇ ਨੇ ਮੌਤ ਆਉਂਦੀ ਹੈ ਉਹ ਸਭ ਤੋਂ ਪਹਿਲਾਂ ਹਮਲਾ ਕਿਸ ਗੱਲ ਤੇ ਕਰਦੀ ਹੈ ਉਹ ਹੈ ਦੇਖਣ ਵਾਲੇ ਦੀਪਕਾਂ ਤੇ ਕਹਿੰਦਾ ਅੰਧੇਰਾ ਕਰਦੇ ਸੰਸਾਰ ਨੂੰ ਖਤਮ ਕਰਨਾ ਹੀ ਨਹੀਂ ਸੰਸਾਰ ਤਾਂ ਇਵੇਂ ਚੱਲਦਾ ਰਹਿਣਾ ਕਹੀ ਆਏ ਚਲੇ ਗਏ ਸੰਸਾਰ ਚੱਲ ਰਿਹਾ ਅਸੀਂ ਆਏ ਚਲੇ ਜਾਣਾ ਸੰਸਾਰ ਚੱਲ ਰਿਹਾ ਕਿਉਂਕਿ ਇਹ ਤਰਕੀਬ ਮੌਤ ਦੀ ਉਹਨੂੰ ਪਤਾ ਹੈ ਉਹ ਕਹਿੰਦੇ ਨਹੀਂ ਸੰਸਾਰ ਨਹੀਂ ਖਤਮ ਕਰਨਾ ਬੜਾ ਖੂਬਸੂਰਤ ਘਰ ਸਜਾਇਆ ਹੋਵੇ ਤੇ ਅਚਾਨਕ ਲਾਈਟ ਚਲੀ ਜਾਏ ਕੁਝ ਵੀ ਨਹੀਂ ਹੁਣ ਇਹ ਤਾਂ ਨਹੀਂ ਵੀ ਘਰ ਦੀ ਸਜਾਵਟ ਖਤਮ ਹੋ ਗਈ ਘਰ ਖਤਮ ਹੋ ਗਿਆ ਬਿਲਕੁਲ ਨਹੀਂ ਸਿਰਫ ਸਾਡੀ ਦੇਖਣ ਸ਼ਕਤੀ ਸਮਝਣ ਸ਼ਕਤੀ ਜਿਹੜੀ ਚਾਨਣ ਵਿੱਚ ਸੀ ਰੋਸ਼ਨੀ ਵਿੱਚ ਸੀ ਜਿਹਨੇ ਸਾਡਾ ਉਹ ਘਰ ਖੂਬਸੂਰਤ ਸਜਿਆ ਹੋਇਆ ਦੇਖਣ ਦਾ ਹੱਕ ਸਾਨੂੰ ਦਿੱਤਾ ਸੀ ਉਹ ਦੀਪਕ ਪੁੱਜ ਗਿਆ ਲਾਈਟ ਚਲੀ ਗਈ ਬਾਬਾ ਫਰੀਦ ਨੇ ਵੀ ਆਖਿਆ ਕਹਿਣ ਲੱਗੇ ਜਗਣ ਦੀ ਉਹਦੀ ਰੋਸ਼ਨੀ ਦੀ ਲਿਮਿਟ ਹੈ ਜਿੰਨਾ ਤੇਲ ਪਾਓਗੇ ਜਿੰਨੀ ਦੇਰ ਉਹ ਤੇਲ ਮੌਜੂਦ ਰਹੇਗਾ ਦੀਵੇ ਦੇ ਕੋਲ ਜਗ੍ਹਾ ਤਾਂ ਤੇਲ ਖਤਮ ਹੋ ਜਾਏ ਗੁਰੂ ਨੇ ਵੀ ਬਾਣੀ ਵਿੱਚ ਆਖਿਆ ਬਿਨ ਤੇਲ ਦੀਵਾ ਕਿਉਂ ਜਲੇ ਤੇਲ ਖਤਮ ਹੋ ਜਾਏਗਾ ਦੀਵਾ ਬੁੱਝ ਜਾਏਗਾ ਦੀਵਾ ਬੁੱਝ ਜਾਏਗਾ ਰੋਸ਼ਨੀ ਚਲੀ ਜਾਏਗੀ
चानन चला जाएगा, चानन चला जाएगा, दुनिया का सारा अडंबर साढ़े वास्ते चला गया, जिंदे कोल अंधेरा हो गया, चानन ना रहा, भावे अखां बंद करके चानन गवा लो ते भावे दीवा बुझ जाए चानन गवा लो, दो चीजा एक है दीवे का बुझ जाना, इन गहराई न समझना है, एक है दीवे का बुझ जाना तद भी दुनिया की खूबसूरती खत्म, एक है दीवा तक जगदा होना दीवा ना बुझना, पर असी अखां बंद कर लेनियां, साड़ी अखां विच देखण की शक्ति ना रहनी, गुरु ने बाणी विच भी आखिया कहन लगे दीवा एक नहीं दो नहीं चार नहीं दीवे बले पचास, पंजा दीवे बाल के रख लो, अंधे चानन रखिए गुरबानी, अंधे चानन रखिए दीवे बले पचास, पंजा दीवे बाल के रख लो, पर जिन्हें उन्हें दीवियां दी रोशनी नु ग्रहण करना है संसार खत्म हो गया क्योंकि अंधेरे कुछ दुश्मन ही नहीं, जिन्हों का दीवा बलदा है पर अखां विच देखण दी शक्ति ना रही उन्हों का संसार भी खत्म हो गया। फिर जरा रुक रहे गुरबाणी ज्यो ज्यो गहराई ना समझिए हूँ सवाल कह लगे इसे तरह कुछ लोग जेड़े जिन्हों का दीवा बुझ जाता है क्योंकि वह दीवे की पछाण नहीं कर सकते, वह उस तेल के मोहताज दीवे नू अपनी रोशनी समझ लग पैंदे ने, वो है दीवे दे तेल दे मोहताज, वो अज है कल नहीं रात जगाओगे दिन बुझ जाएगा, वो भी सफल जीवन नहीं क्योंकि दीवा ऐसा अपनी रोशनी लई निश्चित कर लिया जिंदा टाइम गिणिया मिथिया सी चला गया, वो भी असफल हो गए। तो दूजे पासे कहते ने कुछ और लोग ने जेड़े जिन्हां कोल दीवा ते ऐसा है जिहड़ा बुझदा ही नहीं, जिहड़ा बुझदा ही नहीं पर उन्हां कोल ग्रहण करन दी शक्ति अखां विच ताकत नहीं, लोगों रुकना है जिस शब्द वल आपां चले आए तेरे इत्थे की लफ़ज़ है इत्थे किस चानण दी किस दीपक दी गल है, शक्ति ना रहे कि असी चानन देख सकी, सूरज चढ़िया हो गई तद भी तो साड़ी कमजोरी है ना, इत पहले दीवा बुझ गया, हुण ज्ञान ओ दीपक है गुरु का ज्ञान ओ दीपक है जेड़ा टाइम लिमिट विच नहीं कि अज है कल नहीं, वो आद सच है जुगाद सच है यह भी सच है उसी भी सच है, 500 साढ़े 500 वरा 500 वरा तो श्री गुरु ग्रंथ साहब रूपी दीपक जलद्या शब्द ज्ञान रूप दीपक जलद्या गुजर गए ने, अज तक इनका चानन खत्म नहीं होया। हाँ ये गल वक्री है कि असी इनका चानन नहीं मान सके, साड़िया अखा को पछाणन की शक्ति नहीं, एक दो दीप दीपक वक् हो गए ना, एक गल तो स्पष्ट हो गई दीपक को मिलना है जीवन
क्योंकि जिनी देर रोशनी है उन्नी देर एक संसार है। घर लीता घट लुटिया दीवड़े गया बजाए मौत जी है वो अंधेरी है अंधेरी है। हुण चानण वास्ते दीवे ने एक दीवा वो है जिहड़ा आप बुझ जाता है पर मनुख को शक्ति हुंदी है पर उहदे वस नहीं हुंदा बुझ जाता है। एक वो है जिहदे विच दीवा बिल्कुल नहीं बुझदा मनुख दीआं अखां विच शक्ति नहीं हुंदी उस दीवे नूं देख नहीं सकदी है। ते गुरु कहिंदे ने वो जिहड़ा गुरु दा ज्ञान रूप बख्शिया होया दीवा है ना वो कदी बुझदा नहीं। क्यों? क्योंकि किसी तेल के मोहताज नहीं। उड़ीक नहीं करता मैं कोई तेल पावे ते जगह। मैं बहस की थी 550 बरा बीत गया श्री गुरु ग्रंथ साहब की बाणी जपजी साहब ने 550 बरा विच भी जपजी खत्म नहीं होया। ये दीपक उसे तरह जल रहा है। हाँ वो कल वक्री है कि दीवा जलता होवे पर साड़ियां अखां विच ताकत ना होवे। अंधे चानन रखिए दीवे बले 50 साड़ियां अखां कोल ताकत ना होवे दीवा ते नहीं बुझिया। उस संसार दी खूबसूरती भी तां नहीं खत्म हुई जिहड़े श्री गुरु ग्रंथ साहिब दी बाणी दी रोशनी विच जीवन जीउंदे ने उहनां लई संसार कदी खत्म नहीं हुंदा। और इसे का ना है अमृत मृत्यु तुरंत कर देता ना ये ज्ञान का दीवा खत्म हो ना तेरा आत्मक जीवन मिटे तू अमर हो जाए। इनका ना अमर है ते अमृत है। जी असी संसारक अपनी मर्जी नाल निश्चित किया हो मनीए तो फिर वो अमृत तो भाईदार सिंह धर्म सिंह को मिलेगा। ते शरीर का जीवन जो जीवन मनीए तो दोनों चीजा कोई नहीं। ते गुरु कहते ने जे रोशनी ही जीवन है जे रोशनी चानण ही जीवन है तो फिर वो है गुरु ज्ञान दीपक उजिया। गुरु ने ज्ञान रूपी दीपक जलाया है जिहड़ा कदी बुझदा नहीं। उनके सहारे उनकी रोशनी विच उनके चानन विच ज्यों ज्यों जीवेंगा त्यों त्यों तेरा संसार लंबा होएगा जीवन वड्डा होएगा छोटा नहीं होएगा। और गुरु दसम पातशाह जी ने इसे लई असी जिहड़ा कहने ना अमृत दी दास चोली पाई वो ये होई क्योंकि गुरु दसम पातशाह जी ने बख्शिश करके सिक्खी नूं श्री गुरु ग्रंथ साहिब रूपी ज्ञान दीपक दे लड़ लाया। कि ज्ञान दीपक दे लड़ लग ताकि ये ज्ञान रूपी दीपक कदी बुझे ना। कि जिन्नी देर इनके चानन विच रहेगा उन्नी देर मौत नहीं आ सकती जिन्हों असी मौत समझन विच रहे हैं। इहो गल सतगुरु बाणी विच आखी कह रहे हैं Thank you.
ਰੋਸ਼ਨੀ ਜੀਵਨ ਹੈ ਅਤੇ ਗੁਰੂ ਗਿਆਨ ਐਸਾ ਦੀਪਕ ਹੈ ਜਿਹੜਾ ਕਦੀ ਬੁੱਝਦਾ ਨਹੀਂ। ਨਾ 550 ਸਾਲ ਵਿੱਚ ਪਹਿਲਾਂ ਬੁੱਝਿਆ, ਨਾ ਕੋਈ ਇਹਨੂੰ ਬੁਝਾ ਸਕਦਾ। ਬੜੀ ਕੋਸ਼ਿਸ਼ ਕਰਨ ਵਾਲੇ ਐਸੇ ਨਰਸਲੀ ਤੂਫਾਨ ਆਏ ਵੀ ਭਲਾ ਇਹ ਦੀਪਕ ਬੁੱਝ ਜਾਏ। ਜਿਸ ਦਿਨ ਇਹ ਦੀਪਕ ਬੁੱਝ ਗਿਆ ਸਾਡੀ ਮੌਤ ਹੈ। ਐਵੇਂ ਨਹੀਂ ਆਪਾਂ ਕਈ ਵਾਰੀ ਪੜ੍ਹਦੇ ਕਿ ਜੋ ਪ੍ਰਾਣੀ ਜਲ ਬਿਣ ਹੈ ਮਰਤਾ ਤੇ ਉਹ ਸਿੱਖ ਗੁਰਬਿਣ ਮਰ ਜਾਏ। ਗਿਆਨ ਸ਼ਬਦ ਹੈ, ਇਹ ਗੁਰਗਿਆਨ ਦੀਪਕ ਹੈ। ਜਿਸ ਦਿਨ ਇਹ ਬੁੱਝ ਗਿਆ ਉਸ ਦਿਨ ਸਾਡੀ ਮੌਤ ਹੈ। ਅਤੇ ਜਿੰਨੀ ਦੇਰ ਇਹ ਦੀਪਕ ਜਲਦਾ ਸਿੱਖ ਨੂੰ ਕੋਈ ਮਾਰ ਨਹੀਂ ਸਕਦਾ। ਜਿੰਨੀ ਦੇਰ ਇਹ ਦੀਪਕ ਜਲਦਾ ਅਤੇ ਇਹਦੇ ਦੁਆਲੇ ਸਿੱਖ ਇਕੱਠਾ ਹੋ ਕੇ ਬੈਠਾ ਹੈ, ਉਨੀ ਦੇਰ ਸੰਸਾਰ ਅੰਦਰ ਬੜੇ ਪੈਦਾ ਹੋਣਗੇ ਪਰ ਸਿੱਖੀ ਨੂੰ ਖਤਮ ਨਹੀਂ ਕਰ ਸਕਣਗੇ। ਸਿੱਖੀ ਨੂੰ ਖਤਰਾ ਕਿਸੇ ਕੋਲੋਂ ਨਹੀਂ, ਇੱਕੋ ਖਿਆਲ ਤੋਂ ਖਤਰਾ ਹੈ, ਉਹ ਕਿਤੇ ਆਪ ਅੱਖਾਂ ਮੀਟ ਕੇ ਬੰਦ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਤੋਂ ਵਾਂਝੇ ਨਾ ਹੋ ਜਾਈਏ। ਅੱਜ ਦਾ ਦੁਖਾਂਤ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਮੌਜੂਦ ਹੈ ਪਰ ਸਿੱਖ ਅੱਖਾਂ ਖੋਲ੍ਹ ਕੇ ਇਸ ਰੋਸ਼ਨੀ ਨੂੰ ਅਸੈਪਟ ਨਹੀਂ ਕਰ ਰਿਹਾ, ਥਾਂ ਨਹੀਂ ਦੇ ਰਿਹਾ। ਇਸ ਲਈ ਸਾਨੂੰ ਪਤਾ ਹੋਵੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦਾ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣਾ ਕੀ ਸੀ। ਉਹ ਸੀ ਲੈ ਤੈਨੂੰ ਜਗਦਾ ਹੋਇਆ ਦੀਪਕ ਦਿਆਂ ਜਿਹੜਾ ਕਦੀ ਬੁੱਝੇ ਨਾ, ਨਾ ਇਹ ਬੁੱਝੇ ਨਾ ਤੇਰੀ ਮੌਤ ਆਵੇ। ਇਸ ਲਈ ਬਹੁਤ ਦੇਰ ਹੋਈ ਇੱਕ ਲਫਜ਼ ਕਹਿ ਸਨ ਕਿ ਦੁਨੀਆਂ ਅੰਦਰ ਜਿਹੜਾ ਮਰਦਾ ਜਿਉਂਦਾ ਜਨਮ ਲੈਂਦਾ ਉਹ ਮਰਦਾ ਵੀ ਹੈ। ਇਸ ਲਈ ਹਰ ਜਨਮ ਲੈਣ ਵਾਲਾ ਜਿਹੜਾ ਉਹਦਾ ਜਨਮ ਅਤੇ ਮਰਨ ਦੀ ਤਾਰੀਖ ਲੋਕ ਨਿਸ਼ਚਿਤ ਕਰਦੇ ਨੇ। ਮੈਂ ਬੜੇ ਫੋਟੋਆਂ ਦੇਖੀਆਂ ਘਰਾਂ ਵਿੱਚ ਜਿਨ੍ਹਾਂ ਫੋਟੋਆਂ ਦੇ ਥੱਲੇ ਲਿਖਿਆ ਹੁੰਦਾ ਜਨਮ ਕਦੋਂ ਹੋਇਆ ਮੌਤ ਕਦੋਂ ਹੋਈ। ਬਰਸੀਆਂ ਮਨਾਉਂਦੇ ਨੇ ਲੋਕ ਅਤੇ ਮੈਂ ਇੱਕ ਵਾਰ ਕੀਤੀ ਸੀ, ਸਿੱਖੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸ ਦੀਪਕ ਦੇ ਲੜ ਲਾਇਆ ਜਿਹੜਾ ਕਦੀ ਬੁੱਝਣਾ ਹੀ ਨਹੀਂ ਅਤੇ ਸਿੱਖੀ ਦੀ ਮੌਤ ਨਹੀਂ ਹੋਣੀ। ਇਸ ਲਈ ਸੰਸਾਰ ਦੇ ਅੰਦਰ ਸਿੱਖੀ ਨੇ ਜਨਮ ਲਿਆ ਹੈ ਪਰ ਸਿੱਖੀ ਦੀ ਬਰਸੀ ਨਹੀਂ ਹੋਵੇਗੀ, ਸਿੱਖੀ ਦੀ ਮੌਤ ਨਹੀਂ ਹੋਏਗੀ। ਗੁਰੂ ਨੇ ਐਸਾ ਇਸ ਨੂੰ ਅੰਮ੍ਰਿਤ ਦੇ ਕੇ ਅੰਮ੍ਰਿਤ ਕੀਤਾ ਹੈ। ਇਹਨਾਂ ਸ਼ਬਦਾਂ ਨਾਲ ਕਿਵੇਂ ਦਾ ਜਾ ਚੁੱਕਾ ਮਹਿਸੂਸ ਕਰਨਾ ਕਿ ਕੁਛ ਸਿਹਤ ਰਸਤੇ ਵਿੱਚ ਹੀ ਖਰਾਬ ਹੋ ਗਈ। ਠੀਕ ਤਰ੍ਹਾਂ ਜਿਸ ਹਾਲਤ 'ਚ ਵੀ ਚਲੋ ਆਖੇ ਵੀ ਹਾਜ਼ਰੀ ਹੋ ਜਾਏ, ਹਾਜ਼ਰੀ ਹੋ ਜਾਏ ਤੂੰ ਇੰਨੀ ਹਾਜ਼ਰੀ ਨੂੰ ਕਬੂਲ ਕਰਨਾ। ਬਲਕਿ ਕੱਲ੍ਹ ਸਰਦਾਰ ਅਮਰੀਤ ਸਿੰਘ ਨੇ ਅੰਦਰ ਫੋਨ ਗਿਆ, ਕਹਿਣ ਲੱਗੇ ਜੇ ਸਿਹਤ ਨਾ ਠੀਕ ਹੋਵੇ ਤਾਂ ਛੁੱਟੀ ਕਰ ਦਿਓ। ਮੈਂ ਕਿਹਾ ਕਰਾਂ ਕੀ, ਇੱਥੇ ਆ ਕੇ ਪਹੁੰਚ ਕੇ ਮਨ ਨਹੀਂ ਕਰਦਾ ਵੀ ਮੈਂ ਹਾਜ਼ਰੀ ਨਾ ਪਾਇਆ। ਸੈਨਿਕ ਸੇਵਾ ਕਬੂਲ ਕਰਨਾ, ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।